14 तरीक नूं पंजाब दे मानयोग मुख्यमंत्री साहब ने पंजाब दे किसानां नूं जिहड़ा मुआवजा देना शुरू करना। सो यही पता करना आया सीगा और बड़ी खुशी होई कि इन्हां पिंडां दे किसानां ने कहा कि साडी गदौरी जिहड़ी हो गई है और होई भी पारदर्शी दे नाल। पिंड दे विच आ के बैठ के पटवारी ने किले किले ते जाके जिहड़ा वो गदौरी कीती है। बस मेरे आउण दा यही मकसद सीगा कि कोई भी किसान भरा साढ़े वास्ते सब तो पहला पंजाब की खेती बचाना। 72% लोग जड़े वो खेतीबाड़ी से निर्भर ने, खेतीबाड़ी को बचाना किसानों की मदद करना ये साड़ी सरकार की जी सब तो वड्डी प्रायोरिटी है। कई पिंडां दा हजे पटवारी नहीं गए, भगवंत मान नूं अज 12-13 दिन हो गए लाण कीते नूं, ते जिहड़े पिंडां च गए आ बाहर दी बारी खड़े टप जांदे आ, कहिंदे आ डिग्गी कणक दा तां असीं लिख ही नहीं सकदे। ਤਾਂ ਕਰਕੇ ਅਸੀਂ ਬੇਨਤੀ ਕਰਦੇ ਹਾਂ, ਕਈ ਕਣਕਾਂ ਉੱਗਰੀਆਂ ਖੜੀਆਂ ਆ, ਬਜ਼ੁਰਗ ਕੋਲੇ 2-2.5 ਕਿੱਲੇ ਕਣਕ ਆ ਅਤੇ ਵਿੱਚ ਡਿੱਗ ਕੇ ਉੱਗਰੀ ਖੜੀ ਆ, ਅਤੇ ਆਹ ਬੱਲੀਆਂ ਤੁਹਾਨੂੰ ਮਲ ਕੇ ਵਿਖਾਉਣੇ ਆ ਜਿਹਦੇ 'ਚ ਦਾਣਾ ਹੀ ਨਹੀਂ, ਉੱਤੋਂ ਬੱਲੀਆਂ ਲੱਗਦਾ ਜਮਾਂ ਸਹੀ ਆ। ਤਾਂ ਕਰਕੇ ਅਸੀਂ ਪਟਵਾਰੀਆਂ ਨੂੰ ਅਤੇ ਜਿਹੜੇ ਖੇਤੀਬਾੜੀ ਅਧਿਕਾਰੀ ਗਏ ਆ ਝੁੰਬੇ ਪਿੰਡ 'ਚ, ਉਹਨਾਂ ਨੂੰ ਬੇਨਤੀ ਕਰਦੇ ਹਾਂ ਨੁਕਸਾਨ ਹੈਗਾ ਅਤੇ ਤੁਸੀਂ ਇਕੱਲੇ ਸ਼ਰਤਾਂ 'ਤੇ ਨਾ ਕਰੋ, ਨੁਕਸਾਨ ਪਹਿਲਾਂ ਹੀ ਖੁਦ ਹੀ ਮਨ 'ਤੇ ਖੜਾ ਤਾਂ ਖੁਦਕੁਸ਼ੀਆਂ ਨੂੰ ਕਰਨ ਨੂੰ ਤਿਆਰ ਹੋਇਆ ਖੜਾ ਗਾ। ਕਰਜ਼ੇ ਨਹੀਂ ਲੈਂਦੇ, ਲਿਮਟਾਂ ਨਹੀਂ ਭਰੀ ਦੀਆਂ, ਜਿਹੜੇ ਮਤਲਬ ਕਿਸੇ ਨੇ ਵਿਆਹ ਕਰਨਾ, ਕਿਸੇ ਨੇ ਕੁਛ ਕਰਨਾ ਜਾਂ ਕੋਈ ਕਾਰੋਬਾਰ ਕਰਨਾ ਕਿਵੇਂ ਕਰੂਗਾ। ਤਾਂ ਕਰਕੇ ਅਸੀਂ ਜਿਹੜੇ ਪਟਵਾਰੀ ਸਾਹਿਬ ਆ ਜਾਂ ਜਿਹੜਾ ਖੇਤੀਬਾੜੀ ਮਹਿਕਮੇ ਦਾ ਅਫਸਰ ਗਿਆ ਗਾ ਵਿੱਚ ਵੜ ਕੇ ਸਹੀ ਢੰਗ ਨਾਲ ਲਿਖੇ। ਤਾਂ ਪਹਿਲਾਂ ਵੀ ਵੱਡੀ ਪੱਧਰ 'ਤੇ ਘਪਲੇ ਨਰਮੇ ਵੇਲੇ ਵੀ ਕੀਤੇ ਆ, ਜਿਹੜੇ ਰੋਡ ਬੰਦ ਸੀ ਰਹਿ ਗਏ ਅਤੇ ਤਗੜਿਆਂ ਨੂੰ ਝੋਨੇ ਵਾਲਿਆਂ ਨੂੰ ਦੇ ਦਿੱਤੇ ਸਿਰਾਂ ਨੇ ਖੁੱਲ੍ਹੇ ਗੱਫੇ। ਐਗਤੀ ਵੀ ਐਂ ਹੋਣਾ ਅਤੇ ਐਗਤੀ ਅਸੀਂ ਪਟਵਾਰੀ ਨੂੰ ਅਤੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਨੂੰ ਕਹਿੰਦੇ ਹਾਂ। ਤਾਂ ਫਿਰ ਤੁਹਾਡੇ ਘਰਾਂ ਦੇ ਬਾਹਰ 'ਚ ਬੈਠਾ ਗਏ, ਤਾਂ ਕਰਕੇ ਅਸੀਂ ਪਹਿਲਾਂ ਹੀ ਕਹਿੰਦੇ ਹਾਂ ਮਤਲਬ ਜਿਹੜਾ ਨੰਗਿਆ ਨੁਕਸਾਨ ਆ ਜਿਹੜਾ ਸਹੀ ਲਿਖਿਆ ਜਾਵੇ, ਤਗੜਿਆਂ ਦੇ ਘਰਾਂ 'ਚ ਜਾ ਕੇ ਨਾਂ ਲਿਖਿਆ ਜਾਵੇ। ਸਰਕਾਰ ਮੁਆਵਜ਼ੇ ਦਾ ਐਲਾਨ ਕਰ ਚੁੱਕੀ ਹੈ, ਤੁਸੀਂ ਮੰਨਦੇ ਹੋ ਵੀ ਸਹੀ ਹੈ ਮੁਆਵਜ਼ਾ? ਮੁਆਵਜ਼ਾ ਤਾਂ ਜੇ ਮਿਲੂਗਾ ਜੀ, ਕਣਕਾਂ 5-4 ਮਸ਼ੀਨਾਂ ਚੱਲ ਪਈਆਂ ਕੱਲ੍ਹ ਦੀਆਂ, ਅਤੇ ਹਜੇ ਕਈ ਪਿੰਡਾਂ 'ਚ ਤਾਂ ਪਟਵਾਰੀ ਨਹੀਂ ਗਏ, ਪਟਵਾਰੀ ਇਹਨਾਂ ਕੋਲ ਘੱਟ ਆ, ਅਤੇ ਜਿਹੜੇ ਪਿੰਡਾਂ 'ਚ ਗਏ ਆ ਖੜ੍ਹੇ ਇਹ 1 ਕਿੱਲੇ 'ਚ ਜਾਂਦੇ ਆ, 20 ਕਿੱਲੇ 30 ਕਿੱਲੇ ਟੱਪ ਜਾਂਦੇ ਆ ਜਿਹੜੀ ਡਿੱਗੀਆਂ ਕਣਕਾਂ। ਆਹ ਕਣਕ ਉੱਗਰੀ ਖੜੀ ਆ ਦੇ ਨੁਕਸਾਨ ਹੀ ਨਹੀਂ ਬਾਪੂ ਦਾ, ਆਹ ਕਣਕਾਂ ਜਮਾਂ ਐਂ ਸਾਫ਼ ਦਿੰਦੀਆਂ ਜਮਾਂ ਵਧੀਆ ਖੜੀਆਂ ਅਤੇ ਦਾਣੇ ਹੀ ਨਹੀਂ ਵਿੱਚ। ਤਾਂ ਕਰਕੇ ਨੁਕਸਾਨ ਜਿਹੜਾ ਸਹੀ ਲਿਖਿਆ ਜਾਵੇ, ਤਾਂ ਨਹੀਂ ਫਿਰ ਅਸੀਂ ਘੇਰਾ ਕਰਾਈ ਕਰਾ ਕੇ ਮਜ਼ਦੂਰੀ ਬਣੂਗੀ। ਮੇਰੇ ਕੋਲ 2-2.5 ਕਿੱਲੇ ਪੈਲੀ ਆ, ਆਹ ਵੇਖੋ ਜੀ ਸਾਰੀ ਕਣਕ ਉੱਗਰੀ ਪਈ ਆ। ਪਟਵਾਰੀ ਸਾਹਿਬ ਸਾਡੇ ਇਲਾਕੇ ਜਾ ਕੇ ਬਾਹਰ ਦੀ ਬਾਹਰੀ ਮੋੜਿਆ, ਸੜਕ ਜਾ ਕੇ ਜਿਹੜੇ ਵੱਡੇ ਸਰਦਾਰਾਂ ਦੀ ਸੀ ਉੱਥੇ ਮਾੜਾ ਮੋਟਾ ਘਰ ਆਇਆ, ਅਤੇ ਮੇਰੇ ਵਰਗੇ ਗਰੀਬ ਦੀ ਕਣਕ ਨਹੀਂ ਜੀ ਵੇਖੀ। ਇਹੋ ਬੇਨਤੀ ਆ, ਵੇਖ ਲਓ ਜੀ ਸਾਰੀ ਉੱਗਰੀ ਖੜੀ ਆ। ਸਰਕਾਰ ਨੇ ਮੁਆਵਜ਼ਾ ਦਾ ਵੀ ਐਲਾਨ ਕਰਤਾ ਅਤੇ ਤੁਸੀਂ ਕਹਿੰਦੇ ਹੋ ਕਣਕ ਉੱਗਰੀ ਖੜੀ? ਹਾਂ, ਕਣਕ ਉੱਗਰੀ ਖੜੀ ਹੈ ਜੀ, ਕੋਈ ਆਇਆ ਨਹੀਂ ਸਾਡੇ ਪਾਣਾ 'ਚ। ਗੁਰਦੁਆਰੀ ਕਰਨ ਆਈ ਨਹੀਂ? ਨਾ ਜੀ, ਨਹੀਂ ਆਇਆ, ਪਟਵਾਰੀ ਸਾਹਿਬ ਨਹੀਂ ਆਇਆ, ਕੱਲ੍ਹ ਬਾਹਰ ਦੀ ਬਾਹਰ ਹੀ ਨਿਕਲ ਗਿਆ ਅਤੇ ਬਾਹਰ ਦੀ ਬਾਹਰ ਹੀ ਆਇਆ। ਬੇਨਤੀ ਕਰਦੇ ਹਾਂ ਸਰਕਾਰ ਨੂੰ ਵੀ, ਉਹ ਪਟਵਾਰੀ ਹੈ ਪਹਿਲਾਂ ਸਾਡੇ ਬੀੜ ਬਹਿਮਣ ਦਾ ਪਿੰਡ ਗਿਆ ਹੀ ਨਹੀਂ ਜੀ, ਜਿਹੜੀਆਂ ਕਣਕਾਂ ਸਾਡੀਆਂ ਡਿੱਗੀਆਂ ਕਣਕਾਂ ਉਹਨਾਂ ਦਾ ਘੱਟੋ ਘੱਟ 75% ਨੁਕਸਾਨ ਹੈ। ਥੱਲੇ ਦਾਣੇ ਕਾਲੇ ਹੋ ਗਏ ਆ, ਡਿਸਕਲਰ ਹੋ ਗਏ ਆ, ਬਿਲਕੁਲ ਜੀਰਾ ਬਣ ਗਿਆ ਦਾਣੇ, ਅਸੀਂ ਤੁਹਾਨੂੰ ਦਿਖਾਈ ਜਿਹਾ ਦਾਣੇ, ਠੀਕ ਹੈ ਨਾ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਇੱਕ ਤਾਂ ਜਿਹੜੀ ਸੜਕ ਦੀ ਕਣਕ ਦੀ ਖਰੀਦ ਆ ਉਹ ਸਹੀ ਹੋ ਜੇ, ਇਹ ਨਾ ਹੋਵੇ ਡਿਸਕਲਰ ਆ ਅਤੇ ਮਤਲਬ ਉਹਦੇ ਕੋਈ ਮਤਲਬ ਸਾਨੂੰ ਬੱਟਾ ਲਾਵੇ ਸਰਕਾਰ, ਜਾਂ ਇਹ ਮਤਲਬ ਘੱਟ ਰੇਟ 'ਤੇ ਖਰੀਦੀ ਜਾਊਗੀ, ਮੰਡੀਆਂ ਦੇ ਵਿੱਚ ਰੌਲਾ ਪਵੇ, ਫਿਰ ਸਾਨੂੰ ਸੰਘਰਸ਼ ਕਰਨਾ ਪੈਣਾ। ਅਸੀਂ ਤਾਂ ਬੇਨਤੀ ਕਰਦੇ ਇੱਕ ਤਾਂ ਸਾਡੇ ਗਰਦੌਰੀ ਕੀਤੀ ਜਾਵੇ, ਜੋ ਪਟਵਾਰੀ ਸਾਹਿਬ ਪਹੁੰਚੇ ਨਹੀਂ ਪਿੰਡ ਬੀੜ ਬਹਿਮਣ, ਜੋ ਡਿੱਗੀਆਂ ਕਣਕਾਂ ਅਤੇ ਕਣਕਾਂ ਬਰੀਕ ਨੇ ਉਹਨਾਂ ਦਾ ਡਿਸਕਲਰ ਕਣਕ ਹੈ, ਉਹਨਾਂ ਦਾ ਵੀ ਉਹੀ ਰੇਟ ਸਾਨੂੰ ਮਤਲਬ ਮੰਡੀਆਂ 'ਚ ਮਿਲਣਾ ਚਾਹੀਦਾ, ਤਾਂ ਕਿ ਸਾਨੂੰ ਸੰਘਰਸ਼ ਨਾ ਕਰਨਾ ਪਵੇ।